ਗੁਜਰਾਤ ਦੇ ਰਾਜਕੋਟ ਵਿੱਚ ਇੱਕ ਮਹਿਲਾ ਇੱਕ ਮੋਬਾਈਲ ਦੀ ਦੁਕਾਨ ਤੇ ਪਾਰਸਲ ਰੱਖ ਕੇ ਗਈ, ਜਿਸ ਵਿੱਚ ਬਾਅਦ ਵਿੱਚ ਵਿਸਫੋਟ ਹੋ ਗਿਆ ਅਤੇ ਇਸ ਕਾਰਨ ਦੁਕਾਨ ਵਿੱਚ ਅੱਗ ਲੱਗ ਗਈ। ਇਹ ਕਹਾਣੀ ਫਿਲਮੀ ਲੱਗਦੀ ਹੈ ਪਰ ਹੈ ਨਹੀਂ। ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਮਹਿਲਾ ਦੁਕਾਨ ਵਿੱਚ ਪਾਰਸਲ ਰੱਖ ਰਹੀ ਹੈ, ਜਿਸ ਵਿੱਚ ਬਾਅਦ ਵਿੱਚ ਵਿਸਫੋਟ ਹੋ ਜਾਂਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਕਾਰੋਬਾਰ ਵਿੱਚ ਇੱਕ ਦੂਜੇ ਤੋਂ ਅੱਗੇ ਵਧਣ ਦੀ ਹੋੜ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਜਦੋਂ ਅਸੀਂ ਘਟਨਾ ਨੂੰ ਸਿਲਸਿਲੇਵਾਰ ਤਰੀਕੇ ਨਾਲ ਦੇਖਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਲਾ ਰਾਮ ਇੱਕ ਮੋਬਾਈਲ ਟੈਕਨੀਸ਼ੀਅਨ ਸੀ। ਉਹ ਮੋਬਾਈਲ ਰਿਪੇਅਰਿੰਗ ਦਾ ਕੰਮ ਚੰਗੀ ਤਰ੍ਹਾਂ ਜਾਣਦਾ ਸੀ। ਉਹ ਕਾਫੀ ਯੂਟਿਊਬ ਵੀਡੀਓਜ਼ ਵੀ ਦੇਖਦਾ ਸੀ। ਉਸਨੇ ਕੁਝ ਵੀਡੀਓਜ਼ ਦੇਖੇ ਤੇ ਫਿਰ ਖਿਡੌਣੇ ਦੇ ਇੱਕ ਬਾਕਸ ਦੇ ਵਿੱਚ ਦੇਸੀ ਟਾਈਮਰ ਬੰਬ ਤਿਆਰ ਕੀਤਾ। ਕਲਾ ਰਾਮ ਨੇ ਇਸ ਬਾਕਸ ਨੂੰ ਆਪਣੇ ਰਿਸ਼ਤੇਦਾਰ ਸ਼੍ਰਵਨ ਨੂੰ ਦਿੱਤਾ ਅਤੇ ਇਸ ਨੂੰ ਡੋਲੀ ਬੇਨ ਨੂੰ ਦੇਣ ਨੂੰ ਕਿਹਾ। ਡੋਲੀ ਬੇਨ ਨੂੰ ਇਹ ਕਿਹਾ ਗਿਆ ਕਿ ਬਾਕਸ ਵਿੱਚ ਇੱਕ ਵੌਇਸ ਰਿਕਾਰਡਰ ਹੈ ਅਤੇ ਉਹ ਰਿਕਾਰਡਿੰਗ ਸੁਣਨਾ ਚਾਹੁੰਦੇ ਨੇ। ਮੈਂ ਸਵੇਰੇ ਇਹ ਬਾਕਸ ਲੈ ਲਵਾਂਗਾ। ਡੋਲੀ ਬੇਨ ਨੇ ਬਾਕਸ ਲੈ ਲਿਆ ਅਤੇ ਦੁਕਾਨ ਉੱਤੇ ਉਸਨੂੰ ਰੱਖ ਦਿੱਤਾ। ਸਵੇਰੇ 2:45 ਤੇ ਇਸ ਵਿੱਚ ਧਮਾਕਾ ਹੋਇਆ ਅਤੇ ਦੁਕਾਨ ਵਿੱਚ ਅੱਗ ਲੱਗ ਗਈ। ਇਸ ਧਮਾਕੇ ਵਿੱਚ ਦੁਕਾਨ ਮਾਲਕ ਨੂੰ ਕਾਫੀ ਨੁਕਸਾਨ ਹੋਇਆ। ਰਾਜਕੋਟ ਪੁਲਿਸ ਨੇ ਮਾਮਲੇ ਵਿੱਚ 3 ਲੋਕਾਂ, ਕਲਾ ਰਾਮ ਚੌਧਰੀ, ਸ਼੍ਰਵਨ ਚੌਧਰੀ ਤੇ ਡੋਲੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਮੁਤਾਬਕ ਕਾਰੋਬਾਰੀ ਰੰਜਿਸ਼ ਕਾਰਨ ਮੁਲਜ਼ਮਾਂ ਨੇ ਦੇਸੀ ਬੰਬ ਤਿਆਰ ਕੀਤਾ ਅਤੇ ਦੁਕਾਨ ਦੇ ਅੰਦਰ ਰੱਖ ਦਿੱਤਾ। ਕਲਾ ਰਾਮ ਤੇ ਸ਼੍ਰਵਨ ਨੇ ਪਟਾਕਿਆਂ ਤੋਂ ਵਿਸਫੋਟਕ ਸਮੱਗਰੀ ਕੱਢੀ। ਉਹਨਾਂ ਨੇ ਇੱਕ ਪੋਲੀਥੀਨ ਬੈਗ ਵਿੱਚ ਵਿਸਫੋਟਕ ਸਮੱਗਰੀ ਰੱਖੀ ਅਤੇ ਸੈੱਲ ਫੋਨ ਦੀ ਬੈਟਰੀ, ਬਿਜਲੀ ਦੀ ਤਾਰ ਅਤੇ ਇੱਕ ਘੜੀ ਦੀ ਮਦਦ ਦੇ ਨਾਲ ਦੇਸੀ ਬੰਬ ਤਿਆਰ ਕੀਤਾ। ਸ਼ੁਰੂਆਤ ਵਿੱਚ ਲੱਗ ਰਿਹਾ ਸੀ ਕਿ ਦੁਕਾਨ ਵਿੱਚ ਅੱਗ ਲੱਗੀ ਹੈ, ਪਰ ਸੀਸੀਟੀਵੀ ਫੁਟੇਜ ਵਿੱਚ ਸੱਚਾਈ ਸਾਹਮਣੇ ਆ ਗਈ।